हेलो हाँ अम्मी दसनी हाँ सानू क्यों लेट हो गई है मैं आप उत्थे दसनी आउणे हाँ असि ना दुआ साडा जिहड़ा ई मोटरसाइकल ओ हो गया सी पेंचर ते ओ पेंचर हाले भी है ते सुल्ली मैनू आखा तू उत्ते बहुत थक ना जावे ते मैं साइकल चलाई आउणा ते अगली गल तुहानू आण के मैं दसनी आ हाय होए ਉਹਨੂੰ ਦੱਸ ਵੀ ਅੱਲਾ ਰੱਖ ਲਗਿਆ ਅੱਗੇ ਮੇਰਾ ਦਿਮਾਗ ਖਰਾਬ ਹੋਇਆ ਖਲਾ ਅੱਲਾ ਰੱਖਿਆ ਬੌਕਦਾ ਪਿਆ ਇਕਰ ਬੰਦ ਕਰ ਮੁਣ ਮੈਂ ਦੱਸਣੀ ਆ ਠੀਕ ਹਾਂਜੀ ਹੁਣ ਲਾ ਜਾ ਮੈਨੂੰ ਸਾਈਕਲ ਲਗਾ ਲਵਣ ਦੇ ਹੁਣ ਕੀ ਹੋ ਗਿਆ ਸਬਰ ਵਿੱਚ ਕੀਤਾ ਕਰੋ ਹੁਣ ਆ ਜਾਨੀ ਆ ਕੀ ਹੋ ਗਿਆ ਜੇ ਅਸੀਂ ਰਾਹ ਵਿੱਚ ਹੀ ਆ ਮੈਂ ਆਖੀ ਜਾਨਾ ਹੇਠਾ ਲਾਓ ਸਾਈਕਲ ਲਗਾਵਣ ਦੇ ਅੱਲਾ ਠੀਕ ਹੋ ਗਿਆ ਨਹੀਂ ਨਹੀਂ ਕੋਈ ਨਹੀਂ ਅੱਛਾ ਲੈ ਜਾਵਾਂ खैर करे चंगा प्या करे ना सेफ्टी नहीं पे लभदी होर की है दाड़ी मुन्नू आए उत्थे अंदर किते पई हो सी ਮੈਨੂੰ ਦੱਸੀ ਰੱਖਿਆ ਚਾਹ ਕੇ ਨਾ ਦਿਵਿਆ ਦੋਵੇਂ ਜਿਹੜੇ ਤੁਸੀਂ ਸ਼ੇਫ ਤੂੰ ਕਰਨੀ ਹੁੰਦੇ ਮੈਂ ਤਾਂ ਕਰਦਾ ਵੀ ਕੋਈ ਨਹੀਂ ਆ ਮੋੜ ਮੇਰੀ ਰੱਖੀ ਹੋਈ ਸ਼ਾਇਦ ਆ ਕਿਉਂ ਚਾਹ ਕੇ ਰੱਖਦੇ ਨੇ ਰੋੜਾ ਕਿਉਂ ਪਾਈ ਹੋ ਤਾਂ ਲੱਭ ਜਾ ਤਾਂ ਇਹ ਉਹਨਾਂ ਨੂੰ ਛੱਡ ਸੈਣ ਤੇ ਜਾਂ ਆਪਣੇ ਨਾਲ ਟੁਰ ਸੈਣ ਇੱਕ ਕੰਮ ਤਾਂ ਹੋਸ ਇੱਕ ਕੰਮ ਹੀ ਹੋਸੀ ਦਾ ਮੋੜਾ ਚ ਆ ਕੀ ਹੋਇਆ ਜੇ ਮੇਰੀ ਗੱਲ ਸੁਣ ਲਓ ਉਹ ਕੋਈ ਨਾ ਸਲਾਮ ਨਾ ਦੁਆ ਸਲਾਮ ਅਲੈਕੁਮ ਵਾਲੇਕੁਮ ਮੇਰੇ ਨਾਲ ਚੱਲੋ ਜੇ ਮੇਰਾ ਵਿਰਾ ਤੂੰ ਹੈ ਤੇ ਆ ਵਰਜਾਈ ਹੈ ਤਾਂ ਮੇਰੀ ਗੱਲ ਸੁਣਾ ਫੌਜ਼ੀਆ ਜਿਹੜੀ ਹੈ ਤੇ ਜਵੇਦ ਉਹਨਾਂ ਸਾਡੇ ਨਾਲ ਉਹ ਚਾਲਾ ਕੀਤਾ ਵੀ ਜਿਹੜਾ ਨਾ ਕਰਨ ਦਾ ਹੋਵੇ ਮੈਂ ਇਹਦਾ ਮੇਰੇ ਨਾਲ ਚੱਲੋ ਬਸ ਓਹੋ ਹੋਇਆ ਕੀ ਦੱਸੋ ਤਾਂ ਸਹੀ ਨਬੀ ਆਇਆ ਮੈਂ ਆਖਿਆ ਕਿ ਇਹ ਮੈਂ ਤੇਰੇ ਨਾਲ ਆ ਕਿਦੇ ਜਾਵਣਾ ਬਾਜੀ ਹੋਰ ਸਾਰੀ ਗੱਲ ਇੱਥੇ ਪੁੱਛ ਲਾਗਾ ਨਾਲ ਟੁਰੋ ਚੱਲ ਬਾਜੀ ਇਹ ਗੱਲ ਕੀਤੀ ਵੀ ਸਾਰੇ ਰਿਸ਼ਤੇਦਾਰਾਂ ਨੂੰ ਮੈਂ ਇਕੱਠਾ ਕਰਨਾ ਜਿਹੜਾ ਮੇਰੀ ਮਨਸੀ ਉਹ ਮੇਰਾ ਰਿਸ਼ਤੇਦਾਰ ਹੈ ਜਾਂ ਨਾ ਮੰਨੀ ਉਹਦੇ ਨਾਲ ਹੁੱਕਾ ਪਾਣੀ ਬੰਦ ਤੂੰ ਐ ਕਰ ਬੱਕੀ ਪਹਿ ਲੈ ਇੱਥੇ ਅਗਾ ਬੱਕੀ ਪਾਓ ਵੀ ਗੱਲ ਮੂੰਹ ਨਾਲ ਕਰ ਅਈਓ ਕਰ ਉਹਨਾਂ ਦਾ ਅਗਾ ਜਾ ਕੇ ਗੱਲ ਮੇਰਾ ਦਿਮਾਗ ਖਰਾਬ ਹੋਇਆ ਚੱਲ ਟੋਰ ਗਾ ਕੇ ਅਸਲ ਲੈ ਹੋਵਣਾ ਕੀ ਹੈ ਜਿਹੜਾ ਹੋਇਆ ਉਹ ਤੁਹਾਨੂੰ ਹੀ ਪਤਾ ਲੱਗ ਗਿਆ ਸੀ ਮੇਰੇ ਨਾਲ ਚੱਲੋ ਜਿਹੜਾ ਮੇਰਾ ਰਿਸ਼ਤੇਦਾਰ ਹੈ ਉਹ ਤੇਰੇ ਰਿਸ਼ਤੇਦਾਰ ਫੜਿਆ ਸੀ ਹਾਂ ਅਸੀਂ ਜਾਉਂ ਐ ਕਰ ਸ਼ਾਦੀ ਤੇ ਉਹ ਤੂੰ ਹੱਟ ਕੇ ਤੇਰੀ ਗੱਲ ਸੁਣ ਲੈ ਸਾ ਤੂੰ ਐਂ ਕਰ ਸ਼ਾਦੀ ਤੇ ਜਾ ਫੰਕਸ਼ਨ ਕਰੋ ਮੇਰੇ ਕੁੱਤੇ ਦੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਜਾਵਣ ਦੇ ਵਾਗ ਜਾ ਵਾਗ ਜਾ ਮੇਰਾ ਮੇਰਾ ਕਾਂਟਾ ਹੈ ਰਸੇ ਵਡੀਗ ਹੈ ਉਹ ਰੋਲਾ ਵੀ ਦੱਸੋ ਮੈਂ ਦੱਸੇ ਨੇ ਮੇਰੇ ਵਿਰਾ ਦੇ ਮਗਰ ਨਾ ਲੱਗਸੋ ਉਵੇਂ ਸਮਝੋ ਮੈਂ ਤੁਹਾਡੇ ਵਾਸਤੇ ਮਰ ਗਿਆ ਉਹ ਭਾਈ ਮੇਰੀ ਗੱਲ ਸੁਣ ਇੱਕੋ ਗੱਲ ਹੈ ਸੌਵਾਤ ਰਸਾ ਤੇ ਵਿਚਲੇ ਸੰਨੇ ਗੱਡ ਸਿਰੇ ਤੇ ਹੁੰਦੀ ਹੈ ਵੇ ਚਲੋ ਵਿਚਲੇ ਸੰਨੇ ਹੋ ਗਈ ਸਿਰੇ ਤੇ ਹੋ ਗਈ ਇੱਕੋ ਹੀ ਗੱਲ ਹੋ ਗਈ ਨਾ ਮੇਰੇ ਨਾਲ ਜਾਸੀ ਤਾਂ ਠੀਕ ਹੈ ਜੇ ਨਹੀਂ जवेद ने मेरे ना ओ चाला कीता जेड़ा ना करन दा होवे असी जवेद दे नसा बच सा जे ओन दे मैं थुन्नी फायर नहीं मारा तो मेरे ना हेलीकॉप्टर नहीं चल ते फायर मारे दा कोई फायदा नहीं ठीक है ते मेरे नाल चलो ओरा भाजा चलो भा तमाशा ने देखा चंगी मूंज कटनी यार मैं तेनू की दसा मेरी बच गई
जवेद ते फौजिया ना मेरी होई लड़ाई। अच्छा। मैं आखे जेड़ा बंदा मेरे नाल ओसी ओ मेरा रिश्तेदार है, जेड़ा नाल ना जासी ओ मेरा कोई रिश्तेदार नहीं। उधर हुक्का पानी बंद, बल्कि सिगटा भी बंद। और तू दस ਬਿਰਾਵਾਂ ਦੀ ਲੜਾਈ ਸ਼ੇਰੀ ਨਾ ਬੰਦੇ ਅੱਗੇ ਵਧੋ ਗਿਆ ਬਵੇੜਾ ਬਰੀ ਗਿਆ ਜਦੋਂ ਆਪਾਂ ਨੂੰ ਕੁੱਟਿਆ ਹਾਂ ਫਾਦ ਕੇ ਆਪਾਂ ਦੋਵਾਂ ਨੂੰ ਮਾਰਿਆ ਨੇ ਸਾਨੂੰ ਆ ਬਹੁਤ ਸਾਨੂੰ ਵੀ ਤੇ ਚੰਗੀ ਰੀਤੂ ਮੋਜ ਕੱਟੀ ਸਾਡੀ। ਓਏ ਹੋਏ ਮੇਰਾ ਬਾਉ ਰੋਲਾ, ਜਿਵੇਂ ਤੁਹਾਡੀ ਲੜਾਈ ਪਈ ਹੈ ਨਾ ਐਵੇਂ ਲੜਾਈ ਪਾਏਗੀ ਸਾਡੀ। ਦੋਵੇਂ ਖਾਜਾ ਸਰਾ ਇਸ ਮੇਰੇ ਖਾਜਾ ਸਰਾ ਦੇ ਪਾਏਗੇ ਬੱਖੀ ਜੋ ਉਹਨਾਂ ਨੂੰ ਮੈਂ ਨੱਪਿਆ ਨਾ ਵਾਲਾ ਤੂੰ ਤੇ ਵਾਲ ਨੂੰ ਛਿੱਕੇ ਚਲੋ ਚਲੋ ਤੇਰੀ ਸਵਾਣੀ ਨੂੰ ਬਵਾਵਾ ਸਦਕੇ ਤੈਨੂੰ ਮੈਂ ਅੱਗੇ ਗੱਲ ਦੱਸੀ ਮੁੜ ਬਾਰ ਬਾਰ ਗੱਲ ਕਰਨ ਲੱਗਿਆ ਸ਼ਰਮ ਆਉਂਦਾ। ਤੇਰੀ ਟੂ ਪਟਾਕਾ ਮਾਰ ਗਈ ਓ ਨਾ ਸ਼ਰਮਾ ਤੇਰੀ ਨਹੀਂ ਆਖੀ ਸੂ ਸਾਈਕਲ ਦੀ ਆਖੀ ਸੂ ਸਾਈਕਲ ਦੀ ਇਹਨੂੰ ਤੇ ਛੱਡੋ ਪਰਾ ਜੋ ਕੁਛ ਹੋਣਾ ਸੀ ਉਹ ਤੇ ਗਿਆ ਹੋ ਤੇ ਤੁਸੀਂ ਕਿਤੇ ਮੂੰਹ ਚੱਕ ਕੇ ਜਾਂਦੇ ਪਿਆ ਜੇ ਅਸੀਂ ਇਸ ਵਾਸਤੇ ਜਾਂਦੇ ਪਏ ਹਾਂ ਬਈ ਆਏ ਬੰਦੇ ਜਿਹੜੇ ਨੇ ਇਹ ਆਂਦੇ ਨੇ ਅਸੀਂ ਬੰਨਿਆ ਤੁਸੀਂ ਆਂਦੇ ਨੇ ਅਸੀਂ ਬੰਨਿਆ ਤੁਹਾਨੂੰ ਸਾਡੀ ਲੜਾਈ ਦਾ ਤਾਂ ਫਿਕਰ ਹੀ ਕੋਈ ਨਹੀਂ ਅਸੀਂ ਮੁੜ ਘਰੇ ਵਗ ਜਾਂਦੇ ਘਰੇ ਨਹੀਂ ਵਗਦੇ ਨਾ ਚਲੋ ਹੈਲੀਕਾਪਟਰ ਇਹਨੂੰ ਛੱਡੋ ਇੱਥੇ ਹੀ ਚੱਲੀ ਗਿਆ ਯਾਰ ਗੱਲ ਲੜਾਈ ਵਾਲੇ ਘਰ ਪਹੁੰਚ ਗਿਆ ਉਹ ਪਾੜੂ ਜੇ ਉਹਨੂੰ ਸਵਾਣੀ ਮੇਰੀ ਤੋਰ ਕੇ ਜਾਸੀ ਸਾਡੀਆਂ ਤੁਸੀਂ ਤੁਸੀਂ ਜਿਹੜਾ ਚਾਹ ਚਾ ਮਰਦੇ ਪਏ ਨੇ ਠਹਿਰ ਜਾ
तू ऐ कर, तू सिर पाड़, मेरी खुशी तैनु नहीं पचदी, जदों ही मेरे घर खुशी होवे तू हाल हाल पा लेना, मौत पै जांदी तैनु, मौत कुत्ते नु। तैनु कुत्ते नु ऐ ख्वाजा शरान अग्गू बवा के ते खुशी दिंदी है। हेलो ए मेरे इज्जत है, खबरदार वच वच पे करे, मेरे नाल बेशक चौदी बारी लड़, एनु तो गल नहीं करनी। मैं ना ले आयो दे नसा नहीं, मैं फे छडियां मुंह आड ले आयो तू, साडी फिरावा दी गल ने वेच ना पे भक्की होण हुण किदे मुंह चाहि जांदा है। तुसी लड़ लो मेरी तुहानू बिजदी इज्जत दा कोई फर्क नहीं पौंदा, भई उत्थे कंजर लड़दे पियां उन्हां नाल जाके गल करिए। तो टोल अगा टुरसे ता ਬੱਕੇ ਨਾ ਮਤਰ ਲੜਨ ਦੇ।